ਭਾਲਦੇ ਰਹੇ ਜੋ ਸਹਾਰਾ, ਸਭ ਵੇਲ ਬਣ ਕੇ ਰਹਿ ਗਏ, ਬਣੇਗਾ ਬਿਰਖੋ ਹੀ ਜਿਸ ਨੂੰ ਸਹਾਰਾ ਕੋਈ ਨਹੀਂ। ਪਿਆਰੇ ਬੱਚਿਓ ਐਂਡ ਡੀਅਰ ਫਰੈਂਡਸ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਐਂਡ ਗੁੱਡ ਡੇ। ਬੜੇ ਅੱਛੇ ਤੁਹਾਡੇ ਕਮੈਂਟ ਪ੍ਰਾਪਤ ਹੋ ਰਹੇ ਨੇ ਕਿ ਸਰ ਜਿਹੜੇ ਸਾਇੰਸ ਦੇ ਟੌਪਿਕ ਹੈ ਬੜੇ ਆਸਾਨ ਲੱਗ ਰਹੇ ਨੇ, ਅਤੇ ਬਹੁਤ ਹੀ ਅੱਛੇ ਸੁਝਾਅ ਵੀ ਮਿਲ ਰਹੇ ਨੇ ਦੋਸਤਾਂ ਵੱਲੋਂ ਕਿ ਤੁਸੀਂ ਸਰ ਜਿਹੜੀਆਂ ਵੀਡੀਓਜ਼ ਬਣਾ ਰਹੇ ਹੋ, ਇਹ ਵੀਡੀਓਜ਼ ਬੇਟਾ ਚਾਹੇ ਤੁਸੀਂ, ਪਹਿਲਾਂ ਵੀ ਮੈਂ ਤੁਹਾਨੂੰ ਕਲੀਅਰ ਕਰ ਚੁੱਕਿਆ ਹਾਂ, ਚਾਹੇ ਤੁਸੀਂ ਕਿਸੇ ਕਲਾਸ ਦੇ ਵਿੱਚੋਂ, ਚਾਹੇ ਤੁਸੀਂ ਕਿਸੇ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ, ਗੌਰਮੈਂਟ ਜੋਬਸ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ PCS ਤੱਕ ਦੀ ਜਾਂ ਸਿਵਲ ਸਰਵਿਸਿਜ ਦੀ UPSC ਦੀ ਤਿਆਰੀ ਕਰ ਰਹੇ ਹੋ, ਤਾਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਾਇੰਸ ਵਿਸ਼ਾ ਹੈ, ਜਿਹੜਾ ਵਿਦਿਆਰਥੀਆਂ ਨੂੰ ਲੱਗਦਾ ਸੀ ਕਿ ਥੋੜ੍ਹਾ ਜਿਹਾ ਮੁਸ਼ਕਿਲ ਹੈ, ਤਾਂ ਕਿ ਉਹ ਵਿਸ਼ਾ ਤੁਹਾਨੂੰ ਆਸਾਨ ਲੱਗੇ। ਤਾਂ ਇਸ ਲੜੀ ਦੇ ਤਹਿਤ ਅੱਜ ਅਸੀਂ ਬਿਜਲੀ ਦਾ ਸਰਕਟ, ਇਲੈਕਟ੍ਰਿਕ ਸਰਕਟ, ਅਤੇ ਬਿਜਲੀ ਦਾ ਕਰੰਟ, ਚਾਰਜ ਪਾਰਟੀਕਲਸ, ਪੋਟੈਂਸ਼ੀਅਲ ਅੰਤਰ ਅਤੇ ਜਿਹੜਾ ਹੈ ਰਜਿਸਟਰ ਬਾਰੇ ਪੜ੍ਹਾਂਗੇ ਅਤੇ ਸਿੱਖਾਂਗੇ। ਬਹੁਤ ਹੀ ਤੁਹਾਡੇ ਕਮੈਂਟਸ ਮਿਲ ਰਹੇ ਸੀ ਕਿ ਸਰ ਪਹਿਲਾਂ ਤੁਸੀਂ ਇਲੈਕਟ੍ਰੀਸਿਟੀ ਦੇ ਉੱਪਰ ਵੀਡੀਓਜ਼ ਬਣਾਓ, ਤੁਹਾਨੂੰ ਇਹ ਥੋੜ੍ਹੀ ਜਿਹੀ ਟਫ ਲੱਗਦੀ ਹੈ। ਬੇਟਾ ਜਦੋਂ ਮੈਂ ਵੀ ਆਪਣੇ ਸਕੂਲ ਦੇ ਦਿਨਾਂ ਦੇ ਵਿੱਚ ਪੜ੍ਹਦਾ ਸੀ ਤਾਂ ਮੈਨੂੰ ਵੀ ਥੋੜ੍ਹੇ ਜਿਹੇ ਵਿਸ਼ੇ ਇਸ ਤਰ੍ਹਾਂ ਲੱਗਦੇ ਸੀ ਜਿਸ ਤਰ੍ਹਾਂ ਟਫ ਹੈ, ਪਰ ਜਦੋਂ ਇਹਨਾਂ ਨੂੰ ਮੈਂ ਬਿਨਾਂ ਰੱਟਾ ਮਾਰੇ ਘਰ ਦੇ ਵਿੱਚ ਘਰੇਲੂ ਉਪਕਰਨਾਂ ਨੂੰ ਠੀਕ ਕਰਨਾ ਸ਼ੁਰੂ ਕੀਤਾ ਤਾਂ ਦੇਖਣਾ ਸ਼ੁਰੂ ਕੀਤਾ, ਤਾਂ ਮੈਨੂੰ ਲੱਗਿਆ ਕਿ ਵਿਗਿਆਨ ਤੋਂ ਸਰਲ, ਮੈਂ ਤਾਂ ਇਹ ਕਹੂੰਗਾ ਕਿ ਦੁਨੀਆ ਦੇ ਵਿੱਚ ਕੋਈ ਵੀ ਵਿਸ਼ਾ ਔਖਾ ਨਹੀਂ ਹੈ, ਬਿਲਕੁਲ ਆਸਾਨ ਹੈ। ਬਸ ਕੀ ਹੈ ਕਿ ਅਸੀਂ ਉਸਨੂੰ ਔਖਾ ਮੰਨ ਕੇ ਆਪਣੇ ਦਿਲ ਨਾਲ ਨਹੀਂ ਪੜ੍ਹਦੇ। ਜਦੋਂ ਤੁਸੀਂ ਉਸਨੂੰ ਦਿਮਾਗ ਨਾਲ ਜਾਂ ਦਿਲ ਨਾਲ ਪੂਰਾ ਅੱਛੀ ਤਰ੍ਹਾਂ ਪੜ੍ਹੋਗੇ ਤਾਂ ਤੁਹਾਨੂੰ ਉਹ ਵਿਸ਼ਾ ਬਿਲਕੁਲ ਆਸਾਨ ਲੱਗੂਗਾ, ਰੱਟੇ ਨਹੀਂ ਮਾਰਨੇ, ਉਸਨੂੰ ਤੁਸੀਂ ਸਮਝਣਾ ਹੈ। ਇਹ ਵੀਡੀਓ ਥੋੜ੍ਹੀ ਜਿਹੀ ਲੰਬੀ ਬਣੀ ਹੈ ਕਿਉਂਕਿ ਇਸ ਦੇ ਵਿੱਚ ਸਮਝਾਉਣ ਵਾਲੇ ਬੜੇ ਇੰਪੋਰਟੈਂਟ ਪੁਆਇੰਟਸ ਸੀ। ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਬੇਟਾ ਸੁਣਨਾ ਹੈ ਤਾਂ ਕਿ ਅੱਜ ਤੋਂ ਬਾਅਦ ਤੁਹਾਨੂੰ ਇਹ ਚੀਜ਼ਾਂ ਬਿਲਕੁਲ ਸਰਲ ਲੱਗਣ। ਤਾਂ ਸਭ ਤੋਂ ਪਹਿਲਾਂ ਅਸੀਂ ਸਿੱਖ ਰਹੇ ਹਾਂ ਚਾਰਜ ਪਾਰਟੀਕਲਸ। ਬੇਟਾ ਤੁਹਾਨੂੰ ਪਤਾ ਹੀ ਹੈ ਕਿ ਦੋ ਤਰ੍ਹਾਂ ਦੇ ਚਾਰਜ ਪਾਰਟੀਕਲਸ ਹੁੰਦੇ ਹਨ, ਪੋਜ਼ਿਟਿਵ ਚਾਰਜ ਐਂਡ ਨੈਗੇਟਿਵ ਚਾਰਜ। ਅਸਲ ਦੇ ਵਿੱਚ ਆਮ ਹੀ ਅਸੀਂ ਵੇਖਿਆ ਹੈ ਕਿ ਜਦੋਂ ਸੁੱਕੇ ਵਾਲਾਂ ਦੇ ਉੱਪਰ ਕੋਮ ਨੂੰ, ਕੰਘੇ ਨੂੰ ਰੱਬ ਕੀਤਾ ਜਾਂਦਾ ਹੈ ਤਾਂ ਜਿਹੜੇ ਛੋਟੇ ਛੋਟੇ ਪੇਪਰ ਦੇ ਪੀਸਿਸ ਹਨ ਉਹਦੇ ਵੱਲ ਅਟਰੈਕਟ ਹੁੰਦੇ ਹਨ, ਕਿਉਂਕਿ ਜਿਹੜਾ ਕੰਘਾ ਹੈ ਉਹਦੇ ਵਿੱਚ ਇਲੈਕਟ੍ਰੋਸਟੈਟਿਕ ਚਾਰਜ ਆ ਜਾਂਦਾ ਹੈ। ਜਦੋਂ ਵੂਲਨ ਕਲੋਥ ਦੇ ਉੱਪਰ ਗਲਾਸ ਰੋਡ ਨੂੰ ਰਗੜਿਆ ਜਾਂਦਾ ਹੈ ਤਾਂ ਵੂਲਨ ਕਲੋਥ ਦੇ ਉੱਪਰ ਪੋਜ਼ਿਟਿਵ ਚਾਰਜ ਯਾਨੀ ਕਿ ਧਨ ਚਾਰਜ ਆ ਜਾਂਦਾ ਹੈ ਅਤੇ ਗਲਾਸ ਰੋਡ ਦੇ ਉੱਪਰ ਨੈਗੇਟਿਵ ਚਾਰਜ ਆ ਜਾਂਦਾ ਹੈ। ਚਾਰਜ ਦੋ ਪ੍ਰਕਾਰ ਦੇ ਹੁੰਦੇ ਹਨ। ਬੈਂਜਾਮਿਨ ਫਰੈਂਕਲਿਨ ਨੇ ਇਹਨਾਂ ਦੋ ਚਾਰਜਿਸ ਨੂੰ ਆਰਬੀਟਰੇਰੀਲੀ ਇਹਨਾਂ ਦੇ ਨਾਮ ਪੋਜ਼ਿਟਿਵ ਅਤੇ ਨੈਗੇਟਿਵ ਰੱਖ ਲਏ, ਇੱਕ ਨੂੰ ਪੋਜ਼ਿਟਿਵ ਕਹਿ ਦਿੱਤਾ ਅਤੇ ਇੱਕ ਨੂੰ ਨੈਗੇਟਿਵ ਕਹਿ ਦਿੱਤਾ। ਇਹ ਹੁੰਦੇ ਆ ਬੇਟਾ ਚਾਰਜ ਦੋ ਤਰ੍ਹਾਂ ਦੇ। ਸਾਨੂੰ ਪਤਾ ਹੈ ਕਿ ਸਿਮੀਲਰ ਚਾਰਜਿਸ ਯਾਨੀ ਕਿ ਸਮਾਨ ਚਾਰਜ ਹਮੇਸ਼ਾ ਇੱਕ ਦੂਸਰੇ ਨੂੰ ਦੂਰ ਤੱਕਦੇ ਹਨ, ਅਤੇ ਜਿਹੜੇ ਅਸਮਾਨ ਚਾਰਜ ਹਨ ਜਿਵੇਂ ਪੋਜ਼ਿਟਿਵ ਅਤੇ ਨੈਗੇਟਿਵ, ਇਹ ਇੱਕ ਦੂਸਰੇ ਨੂੰ ਖਿੱਚਦੇ ਹਨ। ਤਾਂ ਉਸ ਤੋਂ ਇਹ ਹੋ ਗਏ ਸਾਡੇ ਚਾਰਜ ਪਾਰਟੀਕਲਸ ਬੇਟਾ। ਹੁਣ ਜਦੋਂ ਚਾਰਜ ਪਾਰਟੀਕਲਸ ਚੱਲਣ ਲੱਗ ਪੈਣ ਕਿਸੇ ਚੀਜ਼ ਦੇ ਵਿੱਚ, ਕੰਡਕਟਰਸ ਦੇ ਵਿੱਚ ਚਾਰਜ ਪਾਰਟੀਕਲਸ ਚੱਲਦੇ ਹਨ, ਅਸੀਂ ਕੰਡਕਟਰਸ ਅਤੇ ਇੰਸੂਲੇਟਰਸ ਬਾਰੇ ਵੀ ਪੜ੍ਹਿਆ ਹੈ, ਕੰਡਕਟਰਸ ਦੇ ਵਿੱਚ ਯਾਨੀ ਕਿ ਚਾਲਕਾਂ ਦੇ ਵਿੱਚ ਚਾਰਜ ਪਾਰਟੀਕਲ ਚੱਲਦੇ ਹਨ ਅਤੇ ਇੰਸੂਲੇਟਰਸ ਯਾਨੀ ਕਿ ਰੋਧਕਾਂ ਦੇ ਵਿੱਚ ਚਾਰਜ ਪਾਰਟੀਕਲਸ ਨਹੀਂ ਚੱਲਦੇ।
ਤਾਂ ਚਾਰਜ ਪਾਰਟੀਕਲਸ ਦੇ ਚੱਲਣ ਨਾਲ ਹੀ ਕਰੰਟ ਪੈਦਾ ਹੁੰਦਾ ਹੈ। ਪਹਿਲਾਂ ਤਾਂ ਬੇਟਾ ਤੁਸੀਂ ਇਸ ਗੱਲ ਨੂੰ ਬਿਲਕੁਲ ਆਸਾਨੀ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਸਮਝ ਲਓ ਕਿ ਜਦੋਂ ਚਾਰਜ ਪਾਰਟੀਕਲਸ ਕਿਸੇ ਚੀਜ਼ ਦੇ ਵਿੱਚ ਚੱਲਣਾ ਸ਼ੁਰੂ ਕਰ ਦੇਣਗੇ ਤਾਂ ਬਿਜਲੀ ਦਾ ਕਰੰਟ ਪੈਦਾ ਹੋਵੇਗਾ। ਹੁਣ ਅਸੀਂ ਦੇਖ ਰਹੇ ਹਾਂ ਕਿ ਇਲੈਕਟ੍ਰਿਕ ਸਰਕਟ ਕੀ ਚੀਜ਼ ਹੈ। ਪਹਿਲਾਂ ਤਾਂ ਇਸ ਚੀਜ਼ ਨੂੰ ਸਮਝੋ ਬੇਟਾ, ਇਲੈਕਟ੍ਰਿਕ ਸਰਕਟ ਕੀ ਹੈ। ਤੁਸੀਂ ਆਪਣੇ ਘਰ ਦੇ ਵਿੱਚ ਵੇਖਿਆ ਹੋਣਾ, ਜਦੋਂ ਵੀ ਅਸੀਂ ਕਿਸੇ ਬੱਲਬ ਨੂੰ ਕਿਸੇ ਸਵਿੱਚ ਨੂੰ ਔਨ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਟਿਊਬ ਜਾਂ ਫੈਨ ਔਨ ਹੋ ਜਾਂਦਾ ਹੈ। ਜੇਕਰ ਉਸਦੀ ਤਾਰ ਵਿੱਚੋਂ ਬ੍ਰੇਕ ਹੋਵੇ, ਟੁੱਟੀ ਹੋਵੇ ਜਾਂ ਬਿਜਲੀ ਨਾ ਹੋਵੇ ਤਾਂ ਉਹ ਸਾਡੇ ਜਿਹੜੇ ਹੈ ਨਹੀਂ ਚੱਲਣਗੇ। ਯਾਨੀ ਕਿ ਕਰੰਟ ਨਾ ਹੋਵੇ ਤਾਂ ਸਾਡਾ ਪੱਖਾ ਅਤੇ ਟਿਊਬ ਵਗੈਰਾ ਨਹੀਂ ਚੱਲਣਗੇ। ਤਾਂ ਸਭ ਤੋਂ ਪਹਿਲਾਂ ਬੇਟਾ ਮੈਂ ਇਸ ਬੋਰਡ ਦੇ ਉੱਪਰ ਬਣਾਇਆ ਹੋਇਆ ਹੈ ਇਲੈਕਟ੍ਰਿਕ ਸਰਕਟ, ਅਸੀਂ ਇਸ ਬਾਰੇ ਸਮਝਾਂਗੇ। ਬਿਲਕੁਲ ਸਿੰਪਲ ਹੈ, ਇਹ ਬਿਜਲੀ ਦਾ ਬੱਲਬ ਲਗਾਇਆ ਹੋਇਆ, ਯਾਨੀ ਕਿ ਇਲੈਕਟ੍ਰਿਕ ਬੱਲਬ ਹੈ। ਇਹ ਬੈਟਰੀ ਲਗਾਈ ਹੋਈ ਹੈ ਬੇਟਾ, ਯਾਨੀ ਕਿ ਦੋ ਸੈੱਲਾਂ ਨੂੰ ਜੋੜ ਕੇ ਇੱਕ ਬੈਟਰੀ ਬਣਾਈ ਹੋਈ ਹੈ। ਇਹ ਕੀ, ਯਾਨੀ ਕਿ ਸਵਿੱਚ ਹੈ, ਸਿੰਪਲ ਜਿਹੜਾ ਸਾਡੇ ਘਰ ਦੇ ਵਿੱਚ ਸਵਿੱਚ ਹੈ ਉਹ ਸਵਿੱਚ ਹੈ ਬੇਟਾ। ਇਹ ਹੈ ਐਮੀਟਰ, ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਹਾਂ। ਇਹ ਇੱਕ ਇਲੈਕਟ੍ਰਿਕ ਸਰਕਟ ਹੈ। ਜਦੋਂ ਇਹ ਸਰਕਟ ਕੰਪਲੀਟ ਹੋਊਗਾ, ਜਦੋਂ ਇਹ ਕੀ ਔਨ ਹੋਊਗੀ, ਇਹਦੇ ਵਿੱਚ ਇੱਕ ਬਿੰਦੂ ਹੈ ਯਾਨੀ ਕਿ ਸਵਿੱਚ ਔਨ ਹੈ। ਸਵਿੱਚ ਔਨ ਦਾ ਮਤਲਬ ਇਹ ਦੋਵੇਂ ਤਾਰਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ। ਜਦੋਂ ਇਹ ਦੋਵੇਂ ਤਾਰਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ ਇਹਦਾ ਮਤਲਬ ਇਹ ਸਰਕਟ ਕੰਪਲੀਟ ਹੈ। ਇਹ ਬੱਲਬ ਹੈ, ਇਹ ਜਗੇਗਾ, ਇਹਨੂੰ ਇਲੈਕਟ੍ਰਿਕ ਪਾਵਰ ਦੇਵੇਗਾ ਕੌਣ? ਇਹ ਬੈਟਰੀ। ਇਹ ਇੱਕ ਸਰਕਟ ਹੈ। ਜਦੋਂ ਇਹ ਤਾਰ ਇਹਦੇ ਨਾਲ ਜੁੜੀ ਹੋਊਗੀ ਤਾਂ ਇਸ ਸਰਕਟ ਨੂੰ ਅਸੀਂ ਬੰਦ ਸਰਕਟ ਕਹਾਂਗੇ, ਕਲੋਜ਼ਡ ਸਰਕਟ, ਤਾਂ ਹੀ ਇਹ ਬੱਲਬ ਜਗੇਗਾ। ਜਦੋਂ ਇਹ ਤਾਰ ਜੁੜੀ ਨਹੀਂ ਹੋਊਗੀ, ਸਵਿੱਚ ਔਫ ਹੋਊਗਾ, ਤਾਂ ਇਹ ਓਪਨ ਯਾਨੀ ਕਿ ਖੁੱਲ੍ਹਾ ਸਰਕਟ ਹੈ। ਤਾਂ ਸਾਨੂੰ ਸਰਕਟ ਦਾ ਪਤਾ ਲੱਗ ਗਿਆ ਜਿਹਦੇ ਵਿੱਚ ਕੰਟੀਨਿਊਸ ਯਾਨੀ ਕਿ ਲਗਾਤਾਰ ਅਤੇ ਕਲੋਜ਼ਡ ਬੰਦ, ਲਗਾਤਾਰ ਅਤੇ ਬੰਦ ਬਿਜਲੀ ਦੇ ਪਥ ਨੂੰ ਇਲੈਕਟ੍ਰਿਕ ਸਰਕਟ ਯਾਨੀ ਕਿ ਬਿਜਲੀ ਦਾ ਸਰਕਟ ਕਹਿੰਦੇ ਹਨ। ਬੇਟਾ ਸਾਨੂੰ ਇਲੈਕਟ੍ਰਿਕ ਸਰਕਟ ਬਾਰੇ ਪਤਾ ਲੱਗ ਗਿਆ, ਜਦੋਂ ਸਰਕਟ ਕੰਪਲੀਟ ਹੋਵੇਗਾ ਬੱਲਬ ਉਦੋਂ ਹੀ ਜਗੇਗਾ। ਹੁਣ ਅਸੀਂ ਸਿੱਖਣ ਜਾ ਰਹੇ ਹਾਂ ਕਿ ਕਰੰਟ ਹੈ ਕੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਚਾਰਜਾਂ ਦੇ ਵਹਾਓ ਨੂੰ ਬਿਜਲੀ ਦਾ ਕਰੰਟ ਕਹਿੰਦੇ ਹਨ। ਪਹਿਲਾਂ ਇਹ ਮੰਨਿਆ ਗਿਆ ਕਿਉਂਕਿ ਜਦੋਂ ਇਲੈਕਟ੍ਰਿਕ ਕਰੰਟ ਦੀ ਖੋਜ ਹੋਈ ਉਦੋਂ ਤੱਕ ਇਲੈਕਟ੍ਰੋਨਸ ਬਾਰੇ ਪਤਾ ਹੀ ਨਹੀਂ ਸੀ। ਤਾਂ ਇਹ ਮੰਨਿਆ ਗਿਆ ਕਿ ਪ੍ਰੋਟੋਨਸ ਯਾਨੀ ਕਿ ਪ੍ਰੋਟੋਨਸ ਦੀ ਜਿਹੜੀ ਖੋਜ ਹੈ ਉਹ ਰਦਰਫੋਰਡ ਨੇ ਕੀਤੀ ਅਤੇ ਉਹਦੇ ਵਿੱਚ ਜਿਹੜੀ ਕੁਝ ਅਹਿਮ ਭੂਮਿਕਾ ਗੋਲਡਸਟੀਨ ਨੇ ਵੀ ਨਿਭਾਈ। ਜਿਹੜੀ ਇਲੈਕਟ੍ਰੋਨਾਂ ਦੀ ਖੋਜ ਹੈ ਉਹ ਜੇ ਥੋਮਸਨ ਨੇ ਇਲੈਕਟ੍ਰਿਕ ਕਰੰਟ ਤੋਂ ਬਾਅਦ ਕੀਤੀ। ਤਾਂ ਇਹ ਮੰਨਿਆ ਗਿਆ ਕਿ ਧਨ ਚਾਰਜਾਂ ਦੇ ਚੱਲਣ ਨੂੰ ਬਿਜਲੀ ਦਾ ਕਰੰਟ ਕਹਿੰਦੇ ਹਨ। ਕੋਈ ਮੰਨ ਲਓ ਇੱਕ ਤਾਰ ਹੈ, ਉਸ ਤਾਰ ਦੇ ਵਿੱਚੋਂ ਜਦੋਂ ਧਨ ਚਾਰਜ ਚੱਲਦੇ ਹਨ ਤਾਂ ਉਸਨੂੰ ਬਿਜਲੀ ਦਾ ਕਰੰਟ ਮੰਨ ਲਿਆ ਜਾਂਦਾ ਹੈ। ਹੁਣ ਅਸੀਂ ਸਿੱਖ ਲਿਆ ਹੈ ਕਿ ਰੇਟ ਆਫ ਫਲੋ ਆਫ ਚਾਰਜ ਪਾਰਟੀਕਲਸ ਇਜ਼ ਨੋਨ ਐਜ਼ ਕਰੰਟ, ਯਾਨੀ ਕਿ ਚਾਰਜਾਂ ਦੇ ਪ੍ਰਵਾਹ ਦੀ ਦਰ ਨੂੰ ਇਲੈਕਟ੍ਰਿਕ ਕਰੰਟ ਕਹਿੰਦੇ ਹਨ। ਬਿਲਕੁਲ, ਚਾਰਜਾਂ ਦੇ ਪ੍ਰਵਾਹ ਦੀ ਦਰ ਨੂੰ ਇੱਥੇ ਮੈਂ ਬੇਟਾ ਲਿਖਿਆ ਵੀ ਹੋਇਆ ਹੈ ਕਿ ਜਦੋਂ ਕਿਸੇ ਕੰਡਕਟਰ ਦੇ ਵਿੱਚੋਂ ਚਾਰਜ ਪਾਰਟੀਕਲਸ ਚੱਲਦੇ ਹਨ ਤਾਂ ਉਸਨੂੰ ਕਰੰਟ ਕਹਿੰਦੇ ਹਨ। ਯਾਨੀ ਕਿ ਕਿਤੋਂ ਵੀ ਚਾਰਜ ਪਾਰਟੀਕਲਸ, ਧਨ ਅਤੇ ਰਿੰਗ ਚਾਰਜ ਜਦੋਂ ਚੱਲਣਗੇ ਕਿਸੇ ਟਿਊਬ ਦੇ ਵਿੱਚੋਂ, ਅਸਲ ਦੇ ਵਿੱਚ ਇਲੈਕਟ੍ਰੋਨਸ ਮੂਵ ਕਰਦੇ ਹਨ, ਤਾਂ ਜਦੋਂ ਇਲੈਕਟ੍ਰੋਨਸ ਮੂਵ ਕਰਨਗੇ ਉਹਨਾਂ ਨੂੰ ਅਸੀਂ ਬਿਜਲੀ ਦਾ ਕਰੰਟ ਕਹਾਂਗੇ। ਅਗਲੀ ਚੀਜ਼ ਹੈ ਕਿ ਕਰੰਟ, ਆਈ ਕਰੰਟ, ਕਰੰਟ ਦੀ ਇਕਾਈ ਅੰਪੀਅਰ ਹੈ। ਇਹ ਫਰਾਂਸੀਸੀ ਵਿਗਿਆਨੀ
ਆਂਦਰੇ ਮੈਰੀ ਅੰਪੀਅਰ ਦੇ ਨਾਮ ਤੋਂ ਜਿਹੜੀ ਇਕਾਈ ਹੈ ਇਹਦਾ ਨਾਮ ਰੱਖਿਆ ਹੋਇਆ ਹੈ। ਜ਼ਿਆਦਾਤਰ ਵਿਗਿਆਨ ਦੇ ਵਿੱਚ ਜਿਹੜੀਆਂ ਇਕਾਈਆਂ ਹਨ ਉਹ ਵਿਗਿਆਨਿਕਾਂ ਦੇ ਨਾਮ ਦੇ ਨਾਲ ਹੀ ਸੰਬੰਧਿਤ ਹਨ, ਉਹਨਾਂ ਦੇ ਨਾਮ ਦੇ ਨਾਲ ਹੀ ਰੱਖੀਆਂ ਹੋਈਆਂ ਹਨ। ਤਾਂ ਕਰੰਟ ਕੀ ਹੋ ਗਿਆ ਬੇਟਾ? ਕਰੰਟ ਇਜ਼ ਇਕੁਅਲ ਟੂ ਕਿਊ, ਯਾਨੀ ਕਿ ਚਾਰਜ, ਕੂਲੰਬ। ਚਾਰਜ ਦੀ ਇਕਾਈ ਕੂਲੰਬ ਹੈ। ਕਿਊ ਦਾ ਮਤਲਬ ਯਾਨੀ ਕਿ 6 × 10⁻¹⁸ ਇਲੈਕਟ੍ਰੋਨਸ ਦੇ ਵਿੱਚ ਜਿੰਨਾ ਚਾਰਜ ਹੈ ਉਹਨਾਂ ਚਾਰਜ ਇੱਕ ਸੈਕਿੰਡ ਦੇ ਵਿੱਚ ਜਦੋਂ ਕਿਸੇ ਉਹਦੇ ਵਿੱਚ ਕੰਡਕਟਰ ਦੇ ਵਿੱਚ ਚੱਲਦਾ ਹੈ ਤਾਂ ਉਸਨੂੰ ਇੱਕ ਅੰਪੀਅਰ ਕਰੰਟ ਕਹਿੰਦੇ ਹਨ। ਯਾਨੀ ਕਿ ਕਰੰਟ ਕੀ ਹੋ ਗਿਆ? ਚਾਰਜ। ਕਿੰਨੇ ਚਾਰਜ ਕਿੰਨੇ ਸਮੇਂ ਵਿੱਚ ਚੱਲਣਗੇ? ਚਾਰਜ ਬਟਾ ਸਮਾਂ। ਇਹਨਾਂ ਦੇ ਚੱਲਣ ਨੂੰ ਜਿੰਨਾ ਚਾਰਜ ਫਾਸਟ ਚੱਲੂਗਾ, ਘੱਟ ਸਮੇਂ ਵਿੱਚ ਚੱਲੂਗਾ, ਉਨਾ ਹੀ ਕਰੰਟ ਜ਼ਿਆਦਾ ਹੋਵੇਗਾ। ਜਿੰਨਾ ਚਾਰਜ ਘੱਟ ਹੋਵੇਗਾ, ਸਮਾਂ ਜ਼ਿਆਦਾ ਹੋਵੇਗਾ, ਉਨਾ ਹੀ ਕਰੰਟ ਘੱਟ ਹੋਵੇਗਾ। ਇੱਥੇ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਬੇਟਾ, ਜਿਹੜਾ ਐਮੀਟਰ ਹੈ ਇਹ ਬਿਜਲੀ ਦੇ ਕਰੰਟ ਨੂੰ ਮਾਪਣ ਵਾਲਾ ਯੰਤਰ ਹੈ। ਤੁਸੀਂ ਮੀਟਰ ਦੇ ਵਿੱਚ ਦੇਖਿਆ ਹੋਣਾ ਇਹ ਬਣੀ ਹੁੰਦੀ ਹੈ, ਉਹ ਐਮੀਟਰ ਹੈ। ਅਤੇ ਇਹ ਹਮੇਸ਼ਾ ਇੱਕ ਸਰਕਟ ਦੇ ਵਿੱਚ ਲੜੀ ਵਿੱਚ ਜੋੜਿਆ ਜਾਂਦਾ ਹੈ, ਇਹ ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ ਹੈ ਕਰੰਟ ਨੂੰ ਮਾਪਣ ਵਾਲਾ ਯੰਤਰ। ਕਰੰਟ ਬਾਰੇ ਅਸੀਂ ਸਿੱਖ ਲਿਆ ਹੈ, ਹੁਣ ਅਸੀਂ ਸਿੱਖਣ ਜਾ ਰਹੇ ਹਾਂ ਪੋਟੈਂਸ਼ੀਅਲ ਡਿਫਰੈਂਸ। ਬੇਟਾ ਕਿਸੇ ਵੀ ਕੰਡਕਟਰ ਦੇ ਵਿੱਚ ਕਰੰਟ ਉਦੋਂ ਹੀ ਪੈਦਾ ਹੋਵੇਗਾ, ਉਦੋਂ ਹੀ ਛੱਲੇਗਾ ਜਦੋਂ ਉਸ ਵਿੱਚ ਪੋਟੈਂਸ਼ੀਅਲ ਡਿਫਰੈਂਸ ਹੋਵੇਗਾ। ਤੁਸੀਂ ਵੇਖਿਆ ਹੋਣਾ ਜਿਸ ਤਰ੍ਹਾਂ ਸੈੱਲ ਦੇ ਦੋ ਟਰਮੀਨਲ ਹੁੰਦੇ ਹਨ, ਧਨ ਟਰਮੀਨਲ ਅਤੇ ਰਿੰਨ ਟਰਮੀਨਲ। ਜੇ ਅਸੀਂ ਧਨ ਟਰਮੀਨਲ ਅਤੇ ਰਿੰਨ ਟਰਮੀਨਲ ਦੇ ਨਾਲ ਧਨ ਦੇ ਨਾਲ ਧਨ ਨੂੰ ਲਗਾ ਦੇਵਾਂਗੇ ਤਾਂ ਦੋਵੇਂ ਪਾਸੇ ਜਦੋਂ ਰਿੰਨ ਟਰਮੀਨਲ ਹੋਣਗੇ, ਇੱਧਰ ਵੀ ਰਿੰਨ ਹੈ ਅਤੇ ਇੱਧਰ ਵੀ ਰਿੰਨ ਹੈ, ਤਾਂ ਹੁਣ ਤੁਸੀਂ ਬੱਲਬ ਨੂੰ ਜਗਾ ਕੇ ਦੇਖੋਗੇ ਤੁਹਾਡਾ ਬੱਲਬ ਨਹੀਂ ਜਗੇਗਾ। ਤੁਸੀਂ ਇਸ ਤਰ੍ਹਾਂ ਮੰਨ ਲਓ ਕਿ ਇੱਕ ਪਾਣੀ ਦੀ ਪਾਈਪ ਹੈ, ਉਸ ਪਾਈਪ ਦੇ ਵਿੱਚ ਜੇ ਉਹ ਕਿਸੇ ਚੀਜ਼ ਦੇ ਨਾਲ ਨਹੀਂ ਜੁੜੀ ਹੋਈ ਤਾਂ ਉਸ ਵਿੱਚੋਂ ਪਾਣੀ ਦਾ ਪ੍ਰਵਾਹ ਨਹੀਂ ਹੋਵੇਗਾ। ਜਦੋਂ ਉਸ ਪਾਈਪ ਨੂੰ ਅਸੀਂ ਕਿਸੇ ਟੈਂਕੀ ਦੇ ਨਾਲ ਜੋੜਾਂਗੇ, ਉਸ ਟੈਂਕੀ ਨੂੰ ਓਨ ਕਰਾਂਗੇ, ਹੁਣ ਉਹ ਪਾਈਪ ਚੱਲੂਗੀ। ਵੈਸੇ ਤਾਂ ਜਿਹੜਾ ਕਰੰਟ ਹੈ ਉਹ ਗ੍ਰੈਵਿਟੀ ਯਾਨੀ ਕਿ ਗੁਰਤਾਕਰਸ਼ਣ 'ਤੇ ਨਿਰਭਰ ਨਹੀਂ ਕਰਦਾ, ਪਰ ਜਿੰਨਾ ਇਲੈਕਟ੍ਰਿਕ ਕਰੰਟ ਦਾ ਪ੍ਰੈਸ਼ਰ ਹੋਵੇਗਾ ਉਹ ਕਰੰਟ ਉਦੋਂ ਹੀ ਚੱਲੇਗਾ। ਜਦੋਂ ਇਲੈਕਟ੍ਰਿਕ ਕਰੰਟ ਦਾ ਪ੍ਰੈਸ਼ਰ ਹੋਵੇਗਾ ਤਾਂ ਹੀ ਕਰੰਟ ਚੱਲੇਗਾ, ਯਾਨੀ ਕਿ ਚਾਰਜਿਸ ਦਾ ਜਦੋਂ ਪ੍ਰੈਸ਼ਰ ਹੋਵੇਗਾ। ਤਾਂ ਪੋਟੈਂਸ਼ੀਅਲ ਡਿਫਰੈਂਸ ਅਸਲ 'ਚ ਹੈ ਕਿ ਦੋ ਚਾਰਜਿਸ ਦੇ ਵਿੱਚ ਜਿਹੜਾ ਅੰਤਰ ਹੈ। ਇਸਨੂੰ ਵਿਗਿਆਨਿਕ ਭਾਸ਼ਾ 'ਚ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਇੱਥੇ ਮੈਂ ਲਿਖ ਕੇ ਵੀ ਰੱਖਿਆ ਹੈ ਬੇਟਾ, ਇਲੈਕਟ੍ਰਿਕ ਪੋਟੈਂਸ਼ੀਅਲ ਯਾਨੀ ਕਿ ਬਿਜਲੀ ਦਾ ਪੋਟੈਂਸ਼ੀਅਲ ਅਤੇ ਪੋਟੈਂਸ਼ੀਅਲ ਡਿਫਰੈਂਸ ਯਾਨੀ ਕਿ ਪੋਟੈਂਸ਼ੀਅਲ ਅੰਤਰ। ਪੋਟੈਂਸ਼ੀਅਲ ਅੰਤਰ ਅਸਲ ਦੇ ਵਿੱਚ ਕੀ ਹੁੰਦਾ? ਇੱਕ ਚਾਰਜ ਪਾਰਟੀਕਲ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣ ਲਈ ਕੀਤੇ ਗਏ ਕਾਰਜ ਨੂੰ ਪੋਟੈਂਸ਼ੀਅਲ ਅੰਤਰ ਕਹਿੰਦੇ ਹਨ। ਇੱਕ ਬਿੰਦੂ ਤੋਂ ਜਦੋਂ ਦੂਸਰੇ ਬਿੰਦੂ ਤੱਕ ਅਸੀਂ, ਕਿਉਂਕਿ ਚੱਲਣਾ ਤਾਂ ਚਾਰਜ ਪਾਰਟੀਕਲਸ ਨੇ ਹੈ ਅਤੇ ਉਹਨਾਂ 'ਤੇ ਜਿੰਨਾ ਕੰਮ ਕਰਾਂਗੇ ਉਹਨਾਂ ਨੂੰ ਲੈ ਕੇ ਜਾਣ ਲਈ, ਉਹਨੂੰ ਅਸੀਂ ਪੋਟੈਂਸ਼ੀਅਲ ਅੰਤਰ ਕਹਿ ਦਿੰਦੇ ਹਾਂ। ਤਾਂ ਪੋਟੈਂਸ਼ੀਅਲ ਅੰਤਰ ਕੀ ਹੋ ਗਿਆ ਬੇਟਾ? ਕੀਤਾ ਗਿਆ ਕਾਰਜ, ਯਾਨੀ ਕਿ ਵੀ ਵੀ ਹੁੰਦਾ ਹੈ ਪੋਟੈਂਸ਼ੀਅਲ ਅੰਤਰ। ਅਸਲ ਦੇ ਵਿੱਚ ਜਿਹੜਾ ਵੀ ਹੈ ਇਹਦੀ ਇਕਾਈ ਹੈ ਵੋਲਟ। ਇਹ ਅਲੈਜੈਂਦਰੋ ਵੋਲਟ ਨਾਮ ਦੇ ਵਿਗਿਆਨੀ ਤੋਂ ਇਸ ਦਾ ਜਿਹੜਾ ਵੋਲਟ ਨਾਮ ਰੱਖਿਆ ਹੋਇਆ ਹੈ। ਤਾਂ ਇਹ ਹੋ ਗਿਆ ਵੀ ਇਕੁਅਲ ਟੂ ਡਬਲਿਊ ਅਪੋਨ ਕਿਊ। ਡਬਲਿਊ ਯਾਨੀ ਕਿ ਕੀਤਾ ਹੋਇਆ ਕਾਰਜ, ਕਿਊ ਅਸੀਂ ਪਹਿਲਾਂ ਪੜ੍ਹ ਹੀ ਲਿਆ ਕਿ ਚਾਰਜ।
6 ਗੁਣਾ 10 ਘਾਤ ਦੀ 18 ਇਲੈਕਟ੍ਰੋਨਸ 'ਤੇ ਜਿੰਨਾ ਚਾਰਜ ਹੁੰਦਾ ਹੈ ਉਨਾ 1 ਕੂਲਮ ਚਾਰਜ ਹੁੰਦਾ ਹੈ, ਤਾਂ 1 ਵੋਲਟ ਪੋਟੈਂਸ਼ੀਅਲ ਅੰਤਰ ਕਿੰਨਾ ਹੋ ਗਿਆ ਬੇਟਾ? ਜਦੋਂ 1 ਜੂਲ ਕਾਰਜ ਕੀਤਾ ਹੋਵੇ ਕੀ ਕਰਨ ਲਈ? 1 ਕੂਲਮ ਇਲੈਕਟ੍ਰੋਨਸ ਨੂੰ 1 ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਣ ਲਈ ਕੀਤੇ ਗਏ ਕਾਰਜ ਨੂੰ ਜਿਹੜਾ ਹੈ 1 ਵੋਲਟ ਪੋਟੈਂਸ਼ੀਅਲ ਅੰਤਰ ਕਹਿੰਦੇ ਹਨ। ਯਾਨੀ ਕਿ ਜਦੋਂ ਉਹਨਾਂ ਦੇ ਵਿੱਚ ਚਾਰਜ ਪਾਰਟੀਕਲਸ ਦੇ ਵਿੱਚ ਜਿੰਨਾ ਅੰਤਰ ਹੋਵੇਗਾ, ਜਿੰਨਾ ਧਨ ਅਤੇ ਰਿਨ ਚਾਰਜਿਸ ਜ਼ਿਆਦਾ ਸਟਰੋਂਗ ਹੋਣਗੇ, ਜਿੰਨਾ ਉਹਨਾਂ ਦੇ ਵਿੱਚ ਅੰਤਰ ਜ਼ਿਆਦਾ ਹੋਵੇਗਾ ਉਨਾ ਹੀ ਉਹ ਪੋਟੈਂਸ਼ੀਅਲ ਅੰਤਰ ਜ਼ਿਆਦਾ ਹੋਵੇਗਾ। ਜਿੰਨਾ ਪੋਟੈਂਸ਼ੀਅਲ ਅੰਤਰ ਜ਼ਿਆਦਾ ਹੋਵੇਗਾ ਉਨਾ ਹੀ ਕਰੰਟ ਉਸ ਵਸਤੂ ਦੇ ਵਿੱਚ ਜ਼ਿਆਦਾ ਹੋਵੇਗਾ। ਫਰੈਂਡਸ, ਹੁਣ ਅਸੀਂ ਸਿੱਖਣ ਜਾ ਰਹੇ ਹਾਂ ਪ੍ਰਤੀਰੋਧ। ਬੜਾ ਹੀ ਆਸਾਨ ਹੈ। ਜਦੋਂ ਵੀ ਅਸੀਂ ਕਿਸੇ ਤਾਰ ਦੇ ਵਿੱਚ, ਮੰਨ ਲਓ ਮੇਰੇ ਕੋਲ ਇੰਨੀ ਕੁ ਤਾਰ ਹੈ, ਇੱਥੇ ਮੈਂ ਇੱਕ ਸੈੱਲ ਨੂੰ ਤਾਰ ਦੇ ਨਾਲ ਇੱਥੇ ਜੋੜਦਾ ਹਾਂ, ਬੱਲਬ ਨੂੰ ਜਦੋਂ ਤਾਰ ਦੇ ਨਾਲ ਜੋੜਦੇ ਹਾਂ ਤਾਂ ਬੱਲਬ ਗਲੋ ਕਰਦਾ ਹੈ। ਤੁਸੀਂ ਇਹ ਮੰਨੋ ਕਿ ਮੈਂ ਇਸ ਤਾਰ ਨੂੰ 1 ਕਿਲੋਮੀਟਰ ਲੰਬਾ ਲੈ ਲਿਆ, ਜਦੋਂ ਮੈਂ ਹੁਣ ਇਸੇ ਸੈੱਲ ਨਾਲ ਇਸ ਬੱਲਬ ਨੂੰ ਜਗਾਉਣ ਦੀ ਕੋਸ਼ਿਸ਼ ਕਰੂੰਗਾ, ਹੋ ਸਕਦਾ ਇਹ ਬੱਲਬ ਨਾ ਜਗੇ। ਜਿੰਨਾ ਯਾਨੀ ਕਿ ਤਾਰ ਤੋਂ ਮੈਂ ਦੂਰ ਬੱਲਬ ਨੂੰ ਲੈ ਕੇ ਜਾਂਦਾ ਜਾਊਂਗਾ, ਜਿੰਨੀ ਤਾਰ ਨੂੰ ਲੰਬੀ ਕਰਦਾ ਜਾਊਂਗਾ, ਇਹ ਬੱਲਬ ਘੱਟ ਗਲੋ ਹੁੰਦਾ ਜਾਵੇਗਾ। ਤਾਂ ਇੱਥੋਂ ਸਾਨੂੰ ਕੀ ਪਤਾ ਲੱਗਿਆ ਕਿ ਜਿਹੜੀ ਤਾਰ ਹੈ ਇਹ ਕਿਤੇ ਨਾ ਕਿਤੇ ਕਰੰਟ ਨੂੰ ਚੱਲਣ ਤੋਂ ਰੋਕ ਰਹੀ ਹੈ। ਤਾਂ ਜਿਹੜਾ ਪ੍ਰਤੀਰੋਧ ਕੀ ਹੋ ਗਿਆ ਕਿ ਜਿਹੜਾ ਫਲੋ ਆਫ ਇਲੈਕਟ੍ਰੋਨਸ ਜਾਂ ਫਲੋ ਆਫ ਚਾਰਜ ਪਾਰਟੀਕਲਸ ਨੂੰ ਤਾਰ ਦੇ ਵਿੱਚ ਜਿਹੜੀ ਚੀਜ਼ ਰੋਕ ਰਹੀ ਹੈ ਉਸਨੂੰ ਰੋਧਕ ਯਾਨੀ ਕਿ ਰਜਿਸਟਰ ਜਾਂ ਰਜਿਸਟੈਂਸ, ਰਜਿਸਟਰ ਉਸਨੂੰ ਰੋਕਦਾ ਹੈ, ਰਜਿਸਟੈਂਸ ਕਰਕੇ ਉਹ ਉਹਦੇ ਵਿੱਚ ਰੁਕਦਾ ਹੈ। ਯਾਨੀ ਕਿ ਚਾਰਜਾਂ ਦੇ ਵਹਾਅ ਨੂੰ ਜਿਹੜੀ ਚੀਜ਼ ਰੋਕ ਰਹੀ ਹੈ ਉਹ ਰੋਧਕ ਹੈ, ਉਹ ਰਜਿਸਟੈਂਸ ਹੈ। ਤਾਂ ਰਜਿਸਟੈਂਸ ਦੀ ਜਿਹੜੀ ਇਕਾਈ ਹੈ ਉਹ ਗ੍ਰੀਕ ਭਾਸ਼ਾ ਦੇ ਵਿੱਚ ਜਿਹੜਾ ਇੱਕ ਲੈਟਰ ਹੈ ਓਮ, ਇਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਬੇਟਾ। ਇਹ ਕੀ ਹੈ? ਇਹ ਜਿਹੜੀ ਰਜਿਸਟੈਂਸ ਹੈ ਉਸਦੀ ਇਕਾਈ ਹੈ ਓਮ, ਰੋਧਕ ਦੀ ਇਕਾਈ ਓਮ ਹੈ। ਆਸ ਕਰਦਾ ਹਾਂ ਬੇਟਾ ਤੁਹਾਨੂੰ ਇਹ ਬੜੇ ਸਿੰਪਲ ਜਿਹੜੇ ਸ਼ਬਦਾਂ ਦੇ ਵਿੱਚ ਅੱਜ ਤੁਹਾਨੂੰ ਬਿਜਲੀ ਦਾ ਚਾਰਜਾਂ ਬਾਰੇ, ਬਿਜਲੀ ਦੇ ਕਰੰਟ ਬਾਰੇ, ਪੋਟੈਂਸ਼ੀਅਲ ਅੰਤਰ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਹੁਣ ਤੁਸੀਂ ਆਸਾਨੀ ਨਾਲ ਦੱਸ ਸਕਦੇ ਹੋ ਕਿ ਜਿਹੜੇ ਚਾਰਜ ਹਨ ਉਹ 2 ਕਿਸਮ ਦੇ ਹਨ, ਧਨ ਚਾਰਜ ਅਤੇ ਰਿਨ ਚਾਰਜ। ਜਦੋਂ ਅਸੀਂ ਕਿਸੇ ਵੱਖ ਸੁਭਾਅ ਵਾਲੀਆਂ ਵਸਤੂਆਂ ਨੂੰ ਰਗੜਦੇ ਹਾਂ ਤਾਂ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ। ਜਿਹੜੇ ਸਾਡਾ ਫੋਨ ਹੈ ਜਾਂ ਘਰ ਦੇ ਵਿੱਚ ਜਿੰਨੇ ਵੀ ਉਪਕਰਨ ਹਨ ਇਹ ਬਿਜਲੀ ਨਾਲ ਹੀ ਚੱਲਦੇ ਹਨ, ਚਾਹੇ ਇਹ ਬਿਜਲੀ ਸੈੱਲ ਦੁਆਰਾ ਪ੍ਰਾਪਤ ਕੀਤੀ ਜਾਵੇ, ਚਾਹੇ ਇਹ ਬਿਜਲੀ ਡੈਮ ਤੋਂ ਆਵੇ, ਕਿਸੇ ਵੀ ਚੀਜ਼ ਤੋਂ। ਕੋਈ ਵੀ ਬਿਜਲੀ ਦਾ ਜਿਹੜਾ ਸੋਰਸ ਹੈ ਉਹ ਇਲੈਕਟ੍ਰਿਕ ਕਰੰਟ ਪੈਦਾ ਕਰਦਾ ਹੈ। ਚਾਰਜ ਜਦੋਂ ਚੱਲਣਗੇ ਤਾਂ ਬਿਜਲੀ ਦਾ ਕਰੰਟ ਬਣੂਗਾ। ਜਿੰਨਾ ਚਾਰਜਾਂ ਦੇ ਵਿੱਚ ਡਿਫਰੈਂਸ ਹੋਵੇਗਾ ਉਨਾ ਹੀ ਕਰੰਟ ਤੇਜ਼ ਹੋਵੇਗਾ, ਉਨਾ ਹੀ ਪੋਟੈਂਸ਼ੀਅਲ ਡਿਫਰੈਂਸ ਤੇਜ਼ ਹੋਵੇਗਾ, ਅਤੇ ਕਰੰਟ ਦੇ ਵਹਾਅ ਨੂੰ ਜਿਹੜੀ ਚੀਜ਼ ਰੋਕੇਗੀ ਉਸਨੂੰ ਰੋਧਕ ਕਹਿੰਦੇ ਹਨ। ਆਸ ਕਰਦਾ ਹਾਂ ਬੇਟਾ ਤੁਹਾਨੂੰ ਇਹ ਟੌਪਿਕ ਬੜਾ ਸਰਲ ਲੱਗਿਆ ਹੋਣਾ। ਅਤੇ ਹੁਣ ਅਸੀਂ ਐਸੇ ਲੜੀ ਦੇ ਤਹਿਤ ਔਖੇ ਜਿਹੜੇ ਤੁਹਾਨੂੰ ਲੱਗਦੇ ਹਨ ਉਹ ਫਿਜ਼ਿਕਸ ਨਾਲ ਰਿਲੇਟਡ ਅਸੀਂ ਹੋਰ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਪਿੰਦੇ ਉਹ ਯਾਰ ਇੱਕ ਗੱਲ ਦੱਸ, ਤੂੰ ਸਾਰਾ ਦਿਨ ਆ ਕੀ ਤੇਰੀ ਭੈਣ ਜੀ ਤੈਨੂੰ ਕਰੰਟ ਕਰੰਟ ਜੇ ਸਿਖਾਈ ਜਾਂਦੀ ਹੈ, ਹੈਂ ਤੂੰ ਕੀ ਸਾਰਾ ਦਿਨ ਅੰਤਰ ਉੰਤਰ ਜੇ ਦੱਸੀ ਜਾਂਦਾ? ਉਹ ਯਾਰ ਇੱਕ ਗੱਲ ਦੱਸ, ਤੇਰੀ ਚਾਚੀ ਕਹਿੰਦੀ ਸੀ ਚੰਨੋ ਮੈਨੂੰ ਬਈ ਇਹ ਜਿਹੜਾ ਗੁਆਂਢੀਆਂ ਦਾ ਓਮੀ ਹੈ ਸੰਨ 1827 ਦੇ ਵਿੱਚ ਪਤਾ ਨਹੀਂ ਆ ਕੀ ਖੋਜ ਕਰੀ ਬੈਠਾ, ਓਏ ਮੈਨੂੰ ਆ ਤਾਂ ਦੱਸ। ਥੈਂਕਸ ਦੋਸਤੋ, ਤੁਹਾਨੂੰ ਇਹ ਸਾਰੀ ਵੀਡੀਓ ਆਸ ਕਰਦਾ ਹਾਂ ਪਸੰਦ ਆਈ ਹੋਣੀ।
ਅਗਲੀ ਵੀਡੀਓ ਦੇ ਵਿੱਚ ਵੀ ਤੁਸੀਂ ਕਮੈਂਟ ਕਰਕੇ ਜਲਦੀ ਜਲਦੀ ਦੱਸਣਾ ਹੈ ਕਿ ਅਗਲੀ ਵੀਡੀਓ ਕਿਹੜੇ ਟੌਪਿਕ ਦੇ ਉੱਪਰ ਬਣ ਰਹੀ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਨਾ ਹੈ ਅਤੇ ਸ਼ੇਅਰ ਕਰਨਾ ਹੈ। ਬੇਟਾ ਨੀਚੇ ਜਿਹੜਾ ਬੈੱਲ ਆਈਕਨ ਹੈ ਉਹਨੂੰ ਵੀ ਤੁਸੀਂ ਦੱਬਣਾ ਹੈ ਤਾਂ ਕਿ ਜਿਹੜੀਆਂ ਨਵੀਆਂ ਵੀਡੀਓਜ਼ ਆ ਰਹੀਆਂ ਹਨ ਉਹ ਵੀ ਤੁਹਾਨੂੰ ਮਿਲ ਸਕਣ ਜਲਦੀ ਤੋਂ ਜਲਦੀ। ਅਤੇ ਕਮੈਂਟ ਜ਼ਰੂਰ ਕਰਨਾ ਹੈ ਹੋਰ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਵੇਖਣਾ ਚਾਹੁੰਦੇ ਹੋ। ਥੈਂਕ ਯੂ।